ਤੁਸੀਂ ਜੁੜੇ ਹੋ ਗ੍ਰੀਵੈਂਸ ਸਟੋਰੀਜ਼ ਦੇ ਨਾਲ, ਤਾਂ ਮੈਂ ਕੁਛ ਅਗਰ ਹੋ ਗਿਆ। ਗੱਲ ਕਰੀਏ ਪਿਛਲੇ ਹੀ ਕੁਛ ਦਿਨਾਂ ਦੇ ਵਿੱਚ ਇੱਕ ਸੀਸੀਟੀਵੀ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿੱਥੇ ਕਿ ਦੱਸ ਦਈਏ ਤੁਹਾਨੂੰ ਇੱਕ ਬਜ਼ੁਰਗ ਔਰਤ ਘਰੋਂ ਡਿਸਪੈਂਸਰੀ ਤੋਂ ਦਵਾਈਆਂ ਲੈਣ ਲਈ ਘਰੋਂ ਨਿਕਲਦੀ ਹੈ, ਜਿਸ ਤੋਂ ਬਾਅਦ ਦੋ ਵਿਅਕਤੀ ਮੋਟਰਸਾਈਕਲ ਉੱਤੇ ਆਉਂਦੇ ਨੇ ਅਤੇ ਉਹਨਾਂ ਦੀਆਂ ਕੰਨਾਂ ਦੀਆਂ ਵਾਲੀਆਂ ਸੋਨੇ ਦੀਆਂ ਖਿੱਚ ਕੇ ਉਹਨਾਂ ਨੂੰ ਧੱਕਾ ਮਾਰ ਕੇ ਜਿਹੜੇ ਫਰਾਰ ਹੋ ਜਾਂਦੇ ਨੇ। ਪਰ ਗੱਲ ਇਹ ਦੇਖਣ ਵਾਲੀ ਸੀ, ਪਟਿਆਲਾ ਦੇ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਚੋਰੀਆਂ ਕਾਰਨ ਆਮ ਜਨਤਾ ਕਾਫੀ ਪਰੇਸ਼ਾਨ ਅਤੇ ਡਰਦੀ ਹੋਈ ਦਿਖਾਈ ਦੇ ਰਹੀ ਸੀ, ਜਿਸ ਤੋਂ ਬਾਅਦ ਪਟਿਆਲਾ ਪੁਲਿਸ ਦੇ ਕਾਫੀ ਵੱਡੇ ਪ੍ਰਸ਼ਨ ਚਿੰਨ੍ਹ ਦਿਖਾਈ ਦੇ ਰਹੇ ਸੀਗੇ। ਉਹ ਪ੍ਰਸ਼ਨ ਚਿੰਨ੍ਹਾਂ ਨੂੰ ਠੱਲ ਪਾਉਂਦੇ ਹੋਏ ਪਟਿਆਲਾ ਪੁਲਿਸ ਦੀ ਸਦਰ ਥਾਣਾ ਦੀ ਟੀਮ ਵੱਲੋਂ ਇਹ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਨੇ ਇਹ ਵਾਲੀਆਂ ਖਿੱਚੀਆਂ ਸੀ। ਸਕਰੀਨ 'ਤੇ ਵੀ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਹ ਵਾਲੀਆਂ ਖਿੱਚ ਕੇ ਧੱਕਾ ਮਾਰ ਕੇ ਇਹ ਦੋਵੇਂ ਜਿਹੜੇ ਸਨੈਚਰ ਨੇ ਉਹ ਫਰਾਰ ਹੋ ਜਾਂਦੇ ਨੇ। ਹੋਰ ਤੇ ਹੋਰ ਜਾਣਕਾਰੀ ਇਹ ਵੀ ਪਤਾ ਲੱਗਿਆ ਵੀ ਜਿਹੜੇ ਬਾਈਕ 'ਤੇ ਆਏ ਸੀਗੇ ਉਹ ਇਹਨਾਂ ਨੇ ਕਿਸੇ ਦਾ ਚੋਰੀ ਕਰਕੇ ਉਸ ਵਹੀਕਲ ਨੂੰ ਵਰਤਿਆ ਸੀਗਾ ਇਹ ਚੋਰੀ ਨੂੰ ਅੰਜਾਮ ਦੇਣ ਲਈ। ਹਾਲਾਂਕਿ ਤੁਸੀਂ ਹਾਲ ਦੇਖ ਸਕਦੇ ਹੋ ਇਸ ਵੇਲੇ ਇਹ ਚੋਰਾਂ ਦਾ ਕੀ ਹਾਲ ਹੋਇਆ ਪਿਆ। ਪਟਿਆਲਾ ਪੁਲਿਸ ਨੇ ਬੜੀ ਬਖੂਬੀਅਤ ਨਾਲ ਕਹਿ ਸਕਦੇ ਹਾਂ ਇਹ ਚੋਰਾਂ ਨੂੰ ਜਿਹੜਾ ਕਾਬੂ ਕੀਤਾ ਅਤੇ ਇਹਨਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਵਿੱਚ ਪਹੁੰਚਾਇਆ ਹੈ। ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀਗੇ, ਜਿਹਨਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ, ਜਿਹੜਾ ਬਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ, ਉਹਨਾਂ ਨੂੰ ਵਾਲੀਆਂ ਉਹਨਾਂ ਨੇ ਖਿੱਚ ਕੇ ਤੇ ਉਹਨਾਂ ਨੂੰ ਕਾਫੀ ਧੱਕਾ ਦੇ ਕੇ ਸਿੱਟ ਕੇ ਸੱਟ ਮਾਰ ਕੇ ਚਲੇ ਗਏ, ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ। ਐਸ ਐਸ ਪੀ ਸਾਹਿਬ ਨੇ, ਮਾਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਇਹਨੂੰ ਅਹਿਮੀਅਤ ਦਿੰਦੇ ਹੋਏ ਵੀ ਇਹਨੂੰ ਜਲਦੀ ਟਰੇਸ ਕਰਨਾ ਟੀਮ ਬਣਾਈ, ਜਿਹਦੇ 'ਚ ਸਾਡੇ ਚੌਕੀ ਇੰਚਾਰਜ ਜੈਦੀਪ ਸ਼ਰਮਾ ਅਤੇ ਸਾਰੀ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟਰੇਸ ਕੀਤਾ, ਜਿਹਦੇ 'ਚ ਅਸੀਂ ਇੱਕ ਦਵਿੰਦਰ ਸਿੰਘ ਉਰਫ ਗੰਜੂ ਨਾਂ ਦਾ ਲੜਕਾ ਜਿਹੜਾ ਇਹ ਜਾਲਾ ਪਿੰਡ ਦਾ ਰਹਿਣ ਵਾਲਾ ਅਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ, ਇਹਨਾਂ ਦੋਵਾਂ ਨੇ ਰਲ ਕੇ ਜਿਹੜੀਆਂ ਵਾਰਦਾਤ ਕੀਤੀ ਹੈ ਅਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ। ਉਦੋਂ ਜਿਹੜੀਆਂ ਵਾਲੀਆਂ ਖੋਹੀਆਂ ਸੀ ਉਹ ਵੀ ਅਸੀਂ ਉੱਥੋਂ ਬਰਾਮਦ ਕਰ ਲਈਆਂ ਅਤੇ ਜਿਹੜਾ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ 'ਚ ਵਰਤਿਆ ਉਹ ਵੀ ਅਸੀਂ ਰਿਕਵਰ ਕਰ ਲਿਆ। ਇਸ ਤੋਂ ਇਲਾਵਾ ਇਹਨਾਂ ਨੇ ਸਮਾਣੇ ਇੱਕ ਪੁੱਛਗਿੱਛ ਮੰਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਤੋਂ ਉਹ ਵੀ ਇਹਨਾਂ ਨੇ ਵਾਲੀਆਂ ਖੋਹੀਆਂ ਸੀਗੀਆਂ, ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਆ ਵੀ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਫੇਸ ਕਰ ਰਹੇ। ਜੋ ਮੁੱਢਲੀ ਇਨਵੈਸਟੀਗੇਸ਼ਨ 'ਚ ਇੱਕ ਐਨ ਡੀ ਪੀ ਐਸ ਦਾ ਵੀ ਕੇਸ ਇਹਦੇ 'ਤੇ ਸਾਹਮਣੇ ਆਇਆ, ਜਿਹੜਾ ਸਿਵਲ ਲਾਈਨ ਥਾਣੇ ਦਾ ਪਿੱਛੇ ਦਰਜ ਹੋਇਆ, ਅਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰ ਦਿੱਤਾ ਉਹ ਅਸੀਂ ਹੁਣ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਦੀ ਪੁੱਛਗਿੱਛ ਕਰਾਂਗੇ ਅਤੇ ਹੋਰ ਵੀ ਖੁਲਾਸੇ ਹੋਣ ਦੀ ਜਿਹੜੀ ਉਮੀਦ ਆ। ਇਹ ਜਿਹੜੀਆਂ ਦੋ ਵਾਰਦਾਤਾਂ ਤਾਂ ਇਹ ਦੋਵਾਂ ਨੇ ਰਲ ਕੇ ਕੀਤੀਆਂ, ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰਦਾਤਾਂ ਕਿਸੇ ਹੋਰ ਨਾਲ ਰਲ ਕੇ ਕੀਤੀਆਂ ਉਹਦੇ ਬਾਰੇ ਅਸੀਂ ਜਿਹੜੀ ਡੰਘਾਈ ਨਾਲ ਅਜੇ ਦੀ ਪੁੱਛਗਿੱਛ ਕਰ ਰਹੇ ਹਾਂ। ਉਮਰ ਤਾਂ ਤਕਰੀਬਨ 25-26 ਸਾਲ ਦੇ ਨੇ ਦੋਵੇਂ ਲੜਕੇ, ਇਹਨਾਂ ਦਾ ਹੁਣ ਅਸੀਂ ਮੈਡੀਕਲ ਕਰਾਵਾਂਗੇ, ਉਹਦੇ 'ਚ ਡੋਪ ਟੈਸਟ ਹੋਊਗਾ, ਡੋਪ ਟੈਸਟ ਪਤਾ ਲੱਗੂਗਾ। ਬਾਕੀ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿੰਦੇ ਵੀ ਅਸੀਂ ਨਸ਼ਾ ਲੈਂਦੇ ਹਾਂ, ਬਾਕੀ ਡੋਪ ਟੈਸਟ ਇੱਕ ਅਜੇ ਅਰੈਸਟ ਕੀਤਾ ਅਤੇ ਇੱਕ ਇਹਦੇ ਨਾਲ ਦਾ ਜਿਹੜਾ ਉਹ ਅਜੇ ਅਰੈਸਟ ਕਰ, ਪਹਿਲਾਂ ਐਨ ਡੀ ਪੀ ਐਸ ਦਾ ਦਰਜਾ ਸਿਵਲ ਲਾਈਨ ਥਾਣੇ ਦਾ ਜਿਵੇਂ ਮੈਂ ਦੱਸਿਆ ਨਾ। ਇਹਨਾਂ ਦੀ ਮੋਡਲ ਸਪੈਂਡ ਜਿਹੜੀ ਸੀ ਇਹ ਹਥਿਆਰ ਨਾਲ ਨਹੀਂ ਸੀ ਕਰਦੇ, ਇਹ ਜਿਵੇਂ ਸੁਨਸਾਨ ਜਗ੍ਹਾ ਤੇ ਕੋਈ ਬਜ਼ੁਰਗ ਟਾਰਗੇਟ ਕਰਦੇ ਸੀਗੇ, ਜਿਹਨਾਂ ਨੂੰ ਇਹ ਜਦੋਂ ਦੇਖਦੇ ਸੀ ਆਲੇ ਦੁਆਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਚੇਨ ਜੋ ਵੀ ਧੱਕਾ ਮਾਰ ਕੇ ਖੋਹ ਕੇ ਜਿਹੜਾ ਉਹ ਭੱਜ ਜਾਂਦੇ ਸੀ, ਇਹਨਾਂ ਦੀ ਇਹ ਮੋਡਲ ਸਪੈਂਡ। ਧਾਰਾ ਇਹਦੇ 'ਚ ਸਾਡਾ ਜੋ ਪੁਰਾਣੀ ਆਈ ਪੀ ਸੀ ਦੀ 379 ਬੀ ਜਿਹੜੀ ਆ ਉਹਨੂੰ ਹੁਣ 304 ਬੀ ਦੇ ਵਿੱਚ ਕਨਵਰਟ ਹੋਈ ਆ, ਉਹ ਅਸੀਂ ਬੀ ਐਨ ਐਸ ਦੀ ਜਿਹੜੀ ਆ 304 ਬੀ ਦੇ ਵਿੱਚ ਕੀਤੀ ਆ। ਦੇਖਿਆ ਜਾਂਦਾ ਕਿ ਇਹਨਾਂ ਨੇ ਛੋਟੀ ਛੋਟੀ ਵਾਰਦਾਤਾਂ ਕਰਦੇ ਹੋਏ ਜਿਹੜੇ ਮੁੰਡੇ ਨੇ ਉਹ ਵੱਜ ਜਾਂਦੇ ਨੇ,
ਦੇਖੋ ਹੁਣ ਕਾਫੀ ਸਜ਼ਾ ਵਿੱਚ 379 ਦੀ ਜਿਹੜੀ ਧਾਰਾ ਇਹਦੇ ਵਿੱਚ ਕਾਫੀ ਸਜ਼ਾ, ਹੁਣ ਬਾਕੀ ਮਾਨਯੋਗ ਅਦਾਲਤ 'ਤੇ ਡਿਪੈਂਡ ਕਰਦਾ ਵੀ ਇਹਨਾਂ ਨੂੰ ਕਿਹੋ ਜਿਹੀ ਸਜ਼ਾ ਸੁਣਾਉਂਦੇ, ਬਾਕੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ।